रेल ट्रैक पर बैठे किसानों का कहना कि जब भी कोई सरकार आती है वह उनसे बातें तो जरूर करती है लेकिन उनको पूरा नहीं करती। उन्हें भी कोई शौक नहीं है कि रेल ट्रैक पर बैठना उनकी मजबूरी है, इसलिए वह मजबूर होकर रेल ट्रैक पर बैठते हैं। हमारे रेल ट्रैक पर बैठने पर जितने भी लोगों को तकलीफ हो रही है उनसे वह माफ़ी मांगते हैं और उसकी जिम्मेदारी सरकार की है, चाहे वह केंद्र सरकार हो चाहे पंजाब सरकार हो, ये दोनों ही अपने वादों से मुकर जाते, इसलिए मजबूर होकर किसानों को रेल ट्रैक पर बैठना पड़ा। हमारे साथ से ललित शर्मा। हाँ जी वेखो जी, जिहड़े प्रोटेस्ट आ साडा तुहानूं पता वा जिवें किसानी मजदूरां दा जो हालात आ पंजाब दे विच, सानू हो गए 20-20 साल प्रोटेस्ट करदिआं नूं, जिहड़ियां साडियां मेन ते जनवीन मंगां सी, असीं इक ही हत्थ बन्ने सरकार कड़ी वी सानू फसलां दे रेट जो डाक्टर स्वामीनाथन कमीशन तुहाडा आपदा कमीशन आ ਉਹਦੇ ਮੁਤਾਬਕ ਬਣਦੇ ਆ ਦੇ ਦਿਓ, ਅਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਰੋ। ਇਹ ਕਹਿੰਦੇ ਡਿਵਰਸੀਫਿਕੇਸ਼ਨ ਕਰੋ, ਕਣਕ ਝੋਨਾ ਨਾ ਲਾਓ। ਗੰਨੇ ਵਾਲਾ ਕਿਸਾਨ ਰੁਲ ਰਿਹਾ, ਆਲੂ ਵਾਲਾ ਰੁਲ ਰਿਹਾ, ਮਟਰਾਂ ਵਾਲਾ ਰੁਲ ਰਿਹਾ, ਸਾਰੀ ਸਬਜ਼ੀ ਪੰਜਾਬ 'ਚ ਰੁਲ ਗਈ, ਠੀਕ ਹੈ ਜੀ, ਮੱਕੀ ਰੁਲ ਗਈ, ਕੀ ਲਾਈਏ, ਸਾਡੀ ਤਾਂ ਮੰਡੀ 'ਚ ਖਰੀਦੀ। ਸੋ ਸਾਰੀਆਂ ਫਸਲਾਂ ਜਿਹੜੀਆਂ ਨਹੀਂ ਖਰੀਦੀਆਂ ਜਾਂਦੀਆਂ ਉਹਨਾਂ ਦੀ ਵੀ ਖਰੀਦ ਕੀਤੀ ਜਾਵੇ, ਅਤੇ ਘੱਟੋ ਘੱਟ ਜਿਹੜਾ ਸਪੋਰਟ ਪ੍ਰਾਈਜ਼ ਆ ਉਹ ਲਾਹੇਮੰਦਾਂ ਤੈਅ ਕੀਤਾ ਜਾਵੇ। ਇੱਕ ਤਾਂ ਬੇਸਿਕਲੀ ਮੰਗ ਹੈ ਜਿੱਥੋਂ ਮੋਦੀ ਸਰਕਾਰ ਕਹਿ ਕੇ ਵਾਅਦਾ ਕਰਕੇ ਭੱਜ ਗਈ ਅਜੇ ਤੱਕ ਲਾਗੂ ਨਹੀਂ ਹੋਇਆ। ਸੋ ਜਿਹੜਾ ਉਹਨਾਂ ਰੇਟ ਦਿੱਤਾ ਉਹ ਬਹੁਤ ਮਾੜਾ ਵਾ, ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਾਲ ਧੋਖਾ ਬੈਠਾ ਮੋਦੀ ਸਾਹਿਬ ਨੇ ਰੇਟ ਦਿੱਤਾ। ਦੂਸਰਾ, ਆਹ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਸਾਰਾ ਖਰਚਾ, ਕਈ ਵਾਰੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੁਣਿਆ ਹੋਊਗਾ ਵੀ 2 ਮਹੀਨੇ ਖਲੋ ਜਾਓ, ਮਹੀਨਾ ਖਲੋ ਜਾਓ ਇਲੈਕਸ਼ਨ ਵੇਲੇ, ਮੈਂ ਤੁਹਾਡਾ ਪ੍ਰਾਈਵੇਟ ਬੈਂਕਾਂ ਦਾ, ਸਰਕਾਰੀ ਬੈਂਕਾਂ ਦਾ, ਸਹਿਕਾਰੀ ਸਾਰਾ ਕਰਜ਼ਾ ਵਿਧ ਆੜਤੀਆਂ ਦਾ ਮਾਫ਼ ਕਰੂੰਗਾ। ਪਰ ਅਜੇ ਤੱਕ ਉਹ ਮਾਫ਼ੀ ਨਹੀਂ, ਜੇ ਮਾਫ਼ੀ ਮਿਲੀ ਆ ਹੋਈ ਆ, ਪਰ ਉਹ 100 ਦੇ ਵਿੱਚੋਂ 5-6 ਰੁਪਈਏ। ਸੋ ਸਮੁੱਚਾ ਕਰਜ਼ਾ ਮਾਫ਼ ਕਰਨ ਦਾ ਸਵਾਲ ਆ, ਉਹ ਮਾਫ਼ ਕੀਤਾ ਜਾਵੇ। ਬੇਰੁਜ਼ਗਾਰੀ ਅੰਤਾਂ ਦੀ ਆ, ਹਰ ਘਰ ਨੌਕਰੀ ਦਾ ਵਾਅਦਾ ਵਾ, ਕੁਛ ਨਹੀਂ ਕੀਤਾ ਗਿਆ, ਸਗੋਂ ਨੌਕਰੀ ਵਾਲਿਆਂ ਨੂੰ ਕੱਢਿਆ ਜਾ ਰਿਹਾ। ਨਸ਼ਾ ਮਾਫੀਏ ਦਾ ਪੰਜਾਬ 'ਚ ਰਾਜ ਆ, ਨਸ਼ਿਆਂ ਦਾ ਸਵਾਲ ਆ, ਇਹ ਮਸਲੇ ਅਸੀਂ ਲੈ ਕੇ। ਇਹਦੇ ਨਾਲ ਗੰਨੇ ਦਾ ਬਕਾਇਆ 400 ਕਰੋੜ ਰੁਪਈਆ ਉਹ ਦਿਓ, ਜਿੰਨਾ ਗੰਨੇ ਕਿਸਾਨਾਂ ਦਾ ਗੰਨੇ ਦਾ ਬਾਂਡ ਨਹੀਂ ਕੀਤਾ ਉਹ ਕਰੋ, ਆਬਾਦ ਕਰ, ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। 2000 ਰੁਪਈਆ ਬੁਢਾਪਾ ਪੈਨਸ਼ਨ ਦਾ ਲਾਰਾ ਲਾਇਆ ਸੀ, ਨਹੀਂ ਪੂਰਾ, 750 ਵੀ ਪਿੰਡਾਂ 'ਚ ਨਹੀਂ ਮਿਲ ਰਿਹਾ। ਆਟਾ ਦਾਲ ਸਕੀਮ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਪਾਰਟੀਬਾਜ਼ੀ ਤੌਰ 'ਤੇ ਚੱਲ ਰਹੀ ਆ, ਆਮ ਗਰੀਬਾਂ ਨੂੰ ਇਸ ਸਕੀਮ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਸੀਗਾ, ਉਹ 'ਚ ਪਾਰਦਰਸ਼ਤਾ ਲਿਆਂਦੀ ਜਾਵੇ। ਸੋ ਇਹਦੇ ਨਾਲ ਕਹਿੰਦੇ ਖਜ਼ਾਨਾ ਖਾਲੀ ਆ, ਭ੍ਰਿਸ਼ਟਾਚਾਰ ਰੋਕਣ 'ਚ ਕਿਹੜਾ ਕੋਈ ਲੱਗਦਾ, ਤੁਸੀਂ ਤਹਿਸੀਲਾਂ 'ਚ ਚੱਲ ਜਾਓ ਭ੍ਰਿਸ਼ਟਾਚਾਰ ਆ, ਤੁਸੀਂ ਕਚਹਿਰੀਆਂ ਚੱਲ ਜਾਓ ਭ੍ਰਿਸ਼ਟਾਚਾਰ ਆ, ਥਾਣਿਆਂ 'ਚ ਚੱਲ ਜਾਓ, ਬਿਜਲੀ ਦਫ਼ਤਰਾਂ 'ਚ ਚੱਲ ਜਾਓ, ਹਰ ਇੱਕ ਤਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਵਾ। ਕੈਪਟਨ ਸਾਹਿਬ ਕਹਿੰਦੇ ਪਾਰਦਰਸ਼ਤਾ ਸਰਕਾਰ ਦੇਵਾਂਗੇ, ਅਜੇ ਤੱਕ ਸਾਨੂੰ ਨਹੀਂ ਦਿੱਤੀ। ਸੋ ਇਸ ਕਰਕੇ ਇਹਦੇ ਨਾਲ ਹੋਰ ਬਹੁਤ ਸਾਰੀਆਂ ਸਾਡੀਆਂ ਮੰਗਾਂ, ਇਹਨਾਂ ਕਾਰਨਾਂ ਕਰਕੇ ਅਸੀਂ ਅੱਜ ਰੇਲ ਟਰੈਕ ਜਾਮ ਕਰਨ ਨੂੰ ਮਜਬੂਰ ਹੋਏ ਹਾਂ। ਇਹਦੋਂ ਗਾਹਾਂ ਜਿਹੜੀਆਂ ਪਹਿਲੋਂ ਕੈਪਟਨ ਸਰਕਾਰ ਨੇ ਮੰਨ ਲਈਆਂ ਮੰਗਾਂ ਮੀਟਿੰਗਾਂ ਦੇ ਵਿੱਚ, ਉਹਦੇ ਕੋਲ ਪ੍ਰੋਸੀਡਿੰਗਾਂ ਪਈਆਂ, ਹਾਲੇ ਤੱਕ ਤਾਂ ਭਰਾਵੋ ਵੀ ਨਹੀਂ ਲੱਗਾ, ਮੰਨ ਕੇ ਪ੍ਰੋਸੀਡਿੰਗ ਦੇ ਕੇ ਲਾਗੂ ਨਹੀਂ ਕੀਤਾ। ਸੋ ਅਸੀਂ ਕਹਿੰਦੇ ਮੰਨੀਆਂ ਹੋਈਆਂ ਮੰਗਾਂ ਪਹਿਲੋਂ ਲਾਗੂ ਕਰੋ, ਕਿਸਾਨਾਂ ਦਾ ਭਰੋਸਾ ਜਿੱਤੋ। ਸੋ ਇਸ ਕਰਕੇ ਇਹਨਾਂ ਕਾਰਨਾਂ ਕਰਕੇ ਅੱਜ ਦੇਵੀ ਦਾਸਪੁਰਾ ਪਿੰਡ 'ਚ ਅੰਮ੍ਰਿਤਸਰ ਅਤੇ ਨੈਸ਼ਨਲ ਜਿਹੜਾ ਰੇਲ ਟਰੈਕ ਹੈ ਦਿੱਲੀ ਨੂੰ ਜਾਂਦਾ, ਮੇਨ ਲਾਈਨ 'ਤੇ ਅਸੀਂ ਬੈਠੇ ਹਾਂ। ਸੋ ਮਜਬੂਰ ਹੋ ਕੇ ਬੈਠੇ ਹਾਂ, ਸਾਨੂੰ ਪਤਾ ਸਾਡੇ ਰੇਲ 'ਤੇ ਬੈਠੇ ਹਾਂ ਬਹੁਤ ਸਾਰੇ ਯਾਤਰੀਆਂ ਨੂੰ, ਹਜ਼ਾਰਾਂ ਯਾਤਰੀਆਂ ਨੂੰ ਇਹਦੀ ਅਸੁਵਿਧਾ ਹੋਊਗੀ, ਇਹਨੂੰ ਮੁਸ਼ਕਲ ਆਊਗੀ, ਅਸੀਂ ਇਸ ਗੱਲ ਦੀ ਮਾਫ਼ੀ ਚਾਹੁੰਦੇ ਹਾਂ। ਪਰ ਸਾਨੂੰ 4 ਦਿਨ ਹੋ ਗਿਆ ਬੈਠਿਆਂ ਨੂੰ ਡੀ ਸੀ ਦਫ਼ਤਰ ਤਨ ਤਨ, ਸਾਨੂੰ ਕਹੇ ਨੇ, ਅਸੀਂ 1 ਮਹੀਨੇ ਪਹਿਲੋਂ ਇਹ ਕਹਿ ਕੇ ਆਏ ਸੀ ਵੀ ਜੇ ਤੁਸੀਂ ਚਵਾਂ ਦਰਾਂ ਨਾ ਹੱਲ ਕੀਤਾ ਅਸੀਂ ਰੇਲ ਟਰੈਕ ਜਾਮ, ਅਸੀਂ ਕਹਿ ਕੇ ਰੇਲ ਟਰੈਕ 'ਤੇ ਆਏ ਹਾਂ, ਦੱਸੇ ਨਹੀਂ ਆਏ। ਸੋ ਜੇ ਰੇਲ ਟਰੈਕ ਜਾਮ ਹੋਇਆ ਤਾਂ ਕੈਪਟਨ ਅਤੇ ਮਨਿੰਦਰ ਦੀ ਸਰਕਾਰ ਇਹਦੇ ਲਈ ਜ਼ਿੰਮੇਵਾਰ ਆ, ਅਸੀਂ ਜ਼ਿੰਮੇਵਾਰ ਨਹੀਂ ਹੈਗੀ। ਹੁਣ ਇਹ ਰੇਲ ਟਰੈਕ ਉਹਨਾਂ ਖਿਲਾਉਣਾ, ਸੋ ਠੋਸ ਮਸਲੇ ਦਾ ਹੱਲ ਕਾਰਨ ਸਾਡੇ ਨਾਲ ਬਹਿ ਕੇ ਸੰਜੀਦਾ ਹੋ ਕੇ, ਰੇਲਾਂ ਜਾਮ ਕਰਨਾ ਕਿਸਾਨਾਂ ਦੀ ਅਣਖ ਦਾ ਸਵਾਲ ਨਹੀਂ ਹੈ, ਨਾ ਉਹ ਚਾਹੁੰਦੇ ਰੇਲ ਜਾਮ ਕਰਨਾ, ਉਹ ਮਸਲਿਆਂ ਦਾ ਹੱਲ ਚਾਹੁੰਦੇ ਆ। ਸੋ ਮੀਡੀਆ ਥਰੂ ਅਪੀਲ ਕਰਦੇ ਹਾਂ ਵੀ ਮੀਡੀਆ ਵੀ ਲੋਕਾਂ ਦੇ ਇਹ ਜਨਤਕ ਮਸਲੇ ਮੁੱਦੇ ਉਹ ਆਪਣੀਆਂ ਡਿਬੇਟਾਂ 'ਚ ਲਿਆਵੇ, ਇਹਨੂੰ ਚੁੱਕੇ ਅਤੇ ਸਰਕਾਰ ਤੱਕ ਪਹੁੰਚਾਵੇ। ਅਤੇ ਮੀਡੀਆ ਨੇ ਸਾਡੀ ਲੋਕਾਂ ਨੂੰ ਅਪੀਲ ਆ ਵੀ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਭਰਾਓ ਇਸ ਰੇਲ ਟਰੈਕ 'ਤੇ ਪਹੁੰਚੋ ਅਤੇ ਅਸੀਂ ਇਸ ਮਸਲਿਆਂ ਦਾ ਹੱਲ ਕਰਾ ਕੇ ਉੱਠੀਏ। ਧੰਨਵਾਦ ਸਰ। ਜਿਵੇਂ ਕਿ ICP ਵੀ ਬੰਦ ਕਰ ਦਿੱਤੀ ਗਈ, ਕੁਛ ਜਿਹੜਾ ਟ੍ਰੇਡ ਸੀਗਾ ਚੱਲ ਰਿਹਾ ਸੀਗਾ, ਆਪਾਂ ਕਿਆ ਲੱਗਦਾ ਟ੍ਰੇਡ ਉਹ ਸ਼ੁਰੂ ਦੁਬਾਰਾ ਹੋਣਾ ਚਾਹੀਦਾ ਤਾਂ ਜੋ ਕਿਸਾਨਾਂ ਨੂੰ ਫਾਇਦਾ ਮਿਲ ਸਕੇ? ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਜੇ ਟ੍ਰੇਡ ਦਾ ਸਵਾਲ ਆ ਜਿਵੇਂ ਪਾਕਿਸਤਾਨ ਨਾ ਵਾ, ਸੋ ਜਿਹੜਾ ਵਪਾਰ ਆ ਇਕੱਲਾ ਇਹ ਪਾਕਿਸਤਾਨ ਨੂੰ ਸਾਨੂੰ ਵੀ ਫਾਇਦਾ ਦਊ, ਵਪਾਰ ਦੇ ਵਿੱਚ ਰਾਜਨੀਤੀ ਨਹੀਂ, ਕਿਉਂਕਿ ਉੱਧਰ ਦੇ ਲੋਕ ਵੀ ਗਰੀਬ ਆ, ਇੱਧਰ ਦੇ ਲੋਕ ਵੀ ਗਰੀਬ ਆ। ਜੇ ਅਸੀਂ ਚੰਗੇ ਹਮਸਾਇਆਂ ਦੀ ਤਰ੍ਹਾਂ ਆਪੋ 'ਚ ਉਹਦੀ ਜੀਆਂਗੇ, ਆਪਣਾ ਟ੍ਰੇਡ ਵਧੀਆ ਕਰਾਂਗੇ ਅਤੇ ਫੋਰਨ ਕੰਟਰੀਆਂ ਦੇ ਜ਼ਰੀਏ ਅਸੀਂ ਤਰੱਕੀ ਵੀ ਕਰਾਂਗੇ। ਜਿੰਨਾ ਅਸੀਂ ਕਹਿੰਦੇ ਜਿੰਨਾ ਮੁਲਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਾ ਹੋਣ, ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਨਾ ਹੋਣ,
ਅਤੇ ਸਾਡੇ ਕੋਲ ਪੂਰੇ ਡੈਕਸ ਨਾ ਹੋਣ, ਉਹਨਾਂ ਮੁਲਕਾਂ ਨੂੰ ਆਪੋ ਚੋਦੀ ਕਿਸੇ ਗੱਲ ਤੋਂ ਬੇਲੋੜਾ ਲੜਨਾ ਨਹੀਂ ਚਾਹੀਦਾ। ਸੋ ਆਪਣੀਆਂ ਬੇਸਿਕ ਸਮੱਸਿਆ ਹੱਲ ਕਰਨੀਆਂ ਚਾਹੀਦੀਆਂ। ਜਦੋਂ ਤੱਕ ਇਹ ਧਰਨਾ ਜਿਹੜਾ ਜਾਰੀ ਰਹੇਗਾ ਤੁਹਾਡਾ, ਜਿਵੇਂ ਜੇ ਮੁੱਖ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਕਿ ਕੋਈ ਆਸ਼ਵਾਸਨ ਤਾਂ ਫਿਰ ਉੱਠਿਆ ਜਾਏਗਾ? ਨਹੀਂ ਜੀ, ਅਸੀਂ ਇਹਦਾ ਠੋਸ ਹੱਲ ਚਾਹੁੰਦੇ ਹਾਂ। ਅਪੀਲ ਆ ਮੀਡੀਆ ਥਰੂ, ਜਿਹੜੀਆਂ ਸਾਡੇ ਨਾਲ ਪਹਿਲੋਂ ਮੰਨ ਲਈਆਂ ਹੋਈਆਂ ਮੀਟਿੰਗਾਂ 'ਚ ਮੰਗਾਂ, ਸਾਡਾ ਮੀਡੀਆ ਗੱਲ ਸਮਝੇ, ਪਹਿਲੋਂ ਮੀਟਿੰਗਾਂ 'ਚ ਸਾਡੀਆਂ ਸਹਿਮਤ ਆ ਸਰਕਾਰ ਵੀ ਲਾਗੂ ਕਰਨੀਆਂ, ਸਭ ਤੋਂ ਪਹਿਲਾਂ ਉਹਨਾਂ ਨਾਲ ਇੰਪਲੀਮੈਂਟ ਕੀਤਾ ਜਾਵੇ ਸਾਡਾ ਭਰੋਸਾ ਬਣੇ। ਸੋ ਮੀਟਿੰਗ ਕਰਕੇ ਗੱਲ ਮੰਨ ਕੇ ਲਾਗੂ ਕਰਕੇ ਮੁੱਕਣ 'ਤੇ ਅਸੀਂ ਵਿਸ਼ਵਾਸ ਨਹੀਂ ਕਰਾਂਗੇ। ਅਸੀਂ ਆਹ ਤੁਹਾਡੀ ਬੈਠੀ ਕਿੰਨੇ ਹਜ਼ਾਰਾਂ ਦਾ ਇਕੱਠ ਬੈਠਾ, ਸੋ ਇਹ ਮਸਲੇ ਹੱਲ ਕਰਾਉਣ ਆਇਆ। ਹੁਣ ਕੈਪਟਨ ਅਮਰਿੰਦਰ ਦੀ ਸਰਕਾਰ, ਉਹਦੀ ਅਫਸਰਸ਼ਾਹੀ ਵੇਖ ਲੈਂਦੇ ਕਿੰਨੀ ਕੁ ਸੰਜੀਦੀ ਆ। ਸੋ ਉਹਦੀ ਅਫਸਰਸ਼ਾਹੀ ਜਿਹੜੀ ਨਵੀਂ ਆਈ ਆ ਉਹ ਸੰਜੀਦਾ ਦੀ ਹੈ, ਉਹ ਸੰਜੀਦਾ ਟੋਕ ਨਹੀਂ ਕਰ ਰਹੀ। ਸੋ ਇਸ ਕਰਕੇ DGP ਆਗੂਆਂ ਦੇ ਫੋਨ ਤੱਕ ਨਹੀਂ ਚੱਕਦੇ ਨਵੇਂ ਜਿਹੜੇ ਆਏ ਆ। ਸੋ ਕੋਈ ਕਿਸਾਨ ਆਗੂਆਂ ਨਾਲ ਇੰਨੀ ਵੱਡੀ ਕੋਈ ਭਰੋਸੇਯੋਗਤਾ ਟੋਕ ਹੀ ਨਹੀਂ ਕੀਤੀ ਗਈ। ਸੋ ਇਸ ਕਰਕੇ ਜੇ ਅਫਸਰਸ਼ਾਹੀ ਸਿਵਲ ਪ੍ਰਸ਼ਾਸਨ ਅੰਮ੍ਰਿਤਸਰ DC ਆਇਆ, ਅਸੀਂ ਉਹਨੇ ਅਜੇ ਤੱਕ ਸਾਡੇ ਨਾਲ ਗੱਲ ਨਹੀਂ ਕੀਤੀ। ਸੋ ਇਸ ਕਰਕੇ ਅਫਸਰਸ਼ਾਹੀ ਸੰਜੀਦਾ ਨਹੀਂ ਹੈ। ਅਸੀਂ ਕਹਿੰਦੇ ਅਫਸਰਸ਼ਾਹੀ ਸੰਜੀਦਾ ਹੋਵੇ, ਤੱਥਾਂ ਦੇ ਆਧਾਰ 'ਤੇ ਠੋਸ ਗੱਲਬਾਤ ਕਰੇ, ਤੋ ਅਸੀਂ ਠੋਸ ਹੱਲ ਸਰਕਾਰ ਕਰੂਗੀ ਅਤੇ ਫਿਰ ਅਸੀਂ ਜ਼ਰੂਰ ਰੇਲ ਟਰੈਕ ਛੱਡ ਦਾਂਗੇ। ਸਾਡਾ ਰੇਲ ਟਰੈਕ ਜਾਮ ਕਰਨਾ ਕੌਣ ਦੱਸਦਾ? ਕੀ ਲੱਗਦਾ ਕਿ LEDਾਂ ਲਾ ਕੇ 16-18 ਹਜ਼ਾਰ ਕਰੋੜ ਰੁਪਇਆ ਦੀ ਕੱਲ੍ਹ ਲੋਕਲ ਬੋਡੀ ਮਿਨਿਸਟਰ ਨੇ ਕਿਹਾ ਕਿ 18 ਹਜ਼ਾਰ ਕਰੋੜ ਰੁਪਇਆ ਲੱਗ ਰਿਹਾ? ਤੁਸੀਂ ਕਹਿੰਦੇ ਵੀ 400 ਕਰੋੜ ਦੇ ਨਾਲ ਗੰਨਾ ਅਤੇ ਮਜ਼ਦੂਰਾਂ ਦੀ ਜਿਹੜੀ ਹੈਗੀ ਆ ਉਹ ਅਦਾਇਗੀ ਜਿਹੜੀ ਹੋ ਸਕਦੀ ਆ, ਕਿਆ ਲੱਗਦਾ ਇਹ ਜ਼ਰੂਰੀ ਆ ਲਾਈਟਾਂ ਲੂਟਾਂ ਨਾਲੋਂ? ਬਿਲਕੁਲ, ਵੇਖੋ ਜੀ, ਵੇਖੋ ਜਿਹੜੀਆਂ ਲਾਈਟਾਂ ਲਾਈਆਂ ਇਹ ਤਾਂ ਲੱਗਣੀਆਂ ਚਾਹੀਦੀਆਂ, ਪਰ ਉਦੋਂ ਲੱਗਣੀਆਂ ਚਾਹੀਦੀਆਂ ਜਿਹੜੀਆਂ ਪਹਿਲਾਂ ਜ਼ਰੂਰੀ ਸਾਡੀਆਂ ਸੇਵਾਵਾਂ ਉਹ ਪਹਿਲਾਂ ਬਹਾਲ ਹੋ ਜਾਣ। ਸਾਡੇ ਕੋਲ ਤਾਂ ਇਹਦੇ ਨਾਲ ਕਦੇ CCTV ਲਵਾ ਦਿੰਦੇ ਅੰਮ੍ਰਿਤਸਰ 'ਚ ਕਿੰਨਾ ਅਪਰਾਧ ਹੁੰਦਾ, ਠੀਕ ਹੈ? ਕਾਲ ਜਾਂਦੀਆਂ ਕੁੜੀਆਂ ਸਾਡੀਆਂ ਮਾਵਾਂ ਭੈਣਾਂ ਸੇਫ ਹੋਈਆਂ, ਅਪਰਾਧ ਬੰਦ ਹੋ ਜਾਂਦਾ, ਉਹਦਾ ਸਾਨੂੰ ਵੱਧ ਫਾਇਦਾ ਸੀ। ਸੋ ਪਹਿਲਾਂ ਜਿਹੜੇ ਬੇਸਿਕ ਇਸ਼ੂ ਆ, ਸਾਡੇ ਮੁਲਕ 'ਚ ਇੰਨੀ ਜ਼ਿਆਦਾ ਗਰੀਬੀ ਆ, ਸਾਨੂੰ ਉੱਧਰ ਬੇਸਿਕ ਇਸ਼ੂਆਂ ਵੱਲ ਧਿਆਨ ਦੇਣਾ ਚਾਹੀਦਾ। ਜਿਵੇਂ ਵਾਕਿਆ ਹੀ ਸਾਡਾ ਬਣਦਾ ਵਾ ਗੰਨੇ ਦਾ ਬਕਾਇਆ, ਸਰਕਾਰ ਦਾ ਕੋਈ ਕੁਝ ਲੈਣਾ, ਸਾਡਾ ਪੈਸਾ ਆਪਣਾ ਨਹੀਂ ਦੇ ਰਹੀ, ਜੇ ਸਾਨੂੰ ਦੇ ਸਾਡਾ ਮਸਲਾ ਹੋ ਜਾਂਦਾ। ਸੋ ਇਸ ਕਰਕੇ ਇਹ ਚਮਕ ਦਮਕ ਵਾਲੀ, ਠੀਕ ਹੈ, ਫੋਰਨ ਕੰਪਨੀਆਂ ਨੂੰ ਇਨਵੈਸਟਮੈਂਟ ਲਈ ਇੱਥੇ ਲਿਆਉਣਾ ਅਤੇ ਉਹਦੇ 'ਚੋਂ ਮੁਨਾਫੇ ਕਾਉਣੇ, ਇਹ ਗੱਲਾਂ ਬਾਅਦ 'ਚ ਹੋਣੀਆਂ ਚਾਹੀਦੀਆਂ। ਪਹਿਲਾਂ ਲੋਕਾਂ ਦੀਆਂ ਆਮ ਜ਼ਰੂਰੀ ਚੀਜ਼ਾਂ ਜਿਵੇਂ ਵਿੱਦਿਆ ਫ੍ਰੀ ਕਰ ਦਿਉ, ਹਸਪਤਾਲਾਂ ਦਾ ਇਲਾਜ ਫ੍ਰੀ ਕਰ ਦਿਓ, ਤੁਸੀਂ ਕਿਸਾਨਾਂ ਦੀ ਬਾਂਹ ਫੜ ਲਓ, ਗਰੀਬਾਂ ਦੀ ਬਾਂਹ ਫੜ ਲਓ, ਇਹ ਜ਼ਰੂਰੀ ਪਹਿਲਾਂ ਇਹ ਕਰਨਾ ਚਾਹੀਦਾ।